ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਜੀ। ਤੋਕੜ ਗੱਬਣ ਝੋਟੀ ਤੇ ਵਹਿੜਾ ਨੇ ਬਾਈ, ਤੋਕੜ ਗੱਬਣ ਤੇ ਇੱਕ ਕੱਟੀ ਆ ਬਾਈ, ਤੇ ਆਓ ਪੁੱਛ ਲੈਣੇ ਬਾਈ ਡਿਟੇਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਹੋਰ ਬਾਈ ਠੀਕ ਹੋ? ਹਾਂ ਵਧੀਆ ਵਧੀਆ ਵੀਰੇ। ਵਧੀਆ ਚੱਲਦਾ ਬਾਈ ਕੰਮ? ਹਾਂਜੀ ਵਧੀਆ ਵਧੀਆ ਵਧੀਆ। ਨਾਮ ਤੇ ਐਡਰੈਸ? ਨਾਮ ਆ ਮਨਦੀਪ ਜੀ, ਪਿੰਡ ਮੀਰੀਆਂ ਤੇ ਜ਼ਿਲ੍ਹਾ ਮੋਗਾ ਜੀ, ਤਹਿਸੀਲ ਇਹਨੂੰ ਨਿਹਾਲ ਸਿੰਘ ਜੀ, ਨੇੜੇ ਦੇ ਪਿੰਡ ਬੌਡੇ, ਪੁੱਸਾ, ਨੰਗਲ ਤੇ ਇਧਰੋਂ ਬੱਧਨੀ ਕਲਾ ਤੇ ਬਿਲਾਸਪੁਰ। ਮੋਬਾਈਲ ਨੰਬਰ ਬੋਲ। ਮੋਬਾਈਲ ਨੰਬਰ 81988 4602 ਜੀ। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ। ਬਾਈ ਜਿਹੜੀ ਪਹਿਲੇ ਨੰਬਰ ਤੇ ਵਹਿੜ ਦੇਖਦੇ ਆ, ਕਿਹੜਾ ਸੂਆ ਸੂਈ ਵੀ ਆ ਇਹ ਵੀਰੇ? ਦੂਜੇ ਸੂਈ ਸੂਈ ਆ, ਤੀਜੇ ਸੂਈ ਲਈ ਗੱਬਣ ਇਹ, ਸਾਢੇ ਪੰਜਾਂ ਨਹੀਂ ਗੱਬਣ ਆਪਾਂ ਫਾਰਮ ਚੋਂ ਲੈਣਾ, 4-5 ਨਗ ਲਏ ਆ ਚੈੱਕ ਪਾਸ ਇਹ। ਹਾਂ ਚੈੱਕ ਪਾਸ ਆ, ਸਾਢੇ ਪੰਜਾਂ ਨਹੀਂ ਤਸੱਲੀ ਕਰਾ ਲਿਆ ਹਨਾ? ਹਾਂ ਆਪਦੀ ਕੋਈ ਤਸੱਲੀ ਕਰਾ ਕੇ ਆਪਣੇ ਘਰੋਂ ਲੈ ਜੇ, ਠੀਕ ਆ, ਆਪਾਂ ਕਿਸੇ ਦੇ ਘਰ ਦੀ ਗਰੰਟੀ ਨਹੀਂ ਲੈਂਦੇ। ਓਕੇ ਬਾਈ, ਦੁੱਧ ਕਿੰਨਾ ਹੋਣਾ? ਦੁੱਧ ਡਰਾਈ ਕੀਤੀ ਵੀ ਵੀਰੇ? ਡਰਾਈ ਹੋਈ ਆ। ਹਾਂ 27-28 ਕਿਲੋ ਦਿੱਤਾ ਦੁੱਧ ਤੋਂ। ਢਿੱਲਾਂ ਚੰਗੀਆਂ ਹਨਾ? ਹਾਂ ਫਾਰਮ ਵਾਲੀ ਇੱਕ ਗੁਲਾਬੀ ਥਣ ਵਾਲੀ ਬੱਚੀ ਆ, ਐ ਨਹੀਂ ਹੈਗਾ ਕੋਈ ਹੋਰ ਛਾਣ ਨਹੀਂ ਪਾਸ ਹੈਗੀ। ਹਾਂ ਥਣਾਂ ਦੀ ਪੂਰੀ ਪਾਸ, ਆਪਦੀ ਕੋਈ ਤਸੱਲੀ ਕਰਕੇ ਲਿਜਾ ਸਕਦਾ ਆਪਦਾ ਡਾਕਟਰ ਲੈ ਕੇ ਦਿਖਾ ਦੇ। ਵੱਡਾ ਕੱਦ, ਪਿੱਠ ਬੜਾ ਬਹੁਤ ਚੰਗਾ, ਬਾਕੀ 27-28 ਕਿਲੋ ਉਹਨਾਂ ਨੇ ਦੱਸਣ ਮੁਤਾਬਕ ਫਾਰਮ ਵਾਲੇ ਵਾਂਗੂ। ਜਿੱਥੋਂ ਲਈਏ ਬਹਿੜਾ, ਆਪਾਂ 5 ਬਹਿੜਾ ਲੈਂਗਾ ਸੀ, ਠੀਕ ਆ ਜੀ। ਹਾਂ 2 ਵੇਚਤੀਆਂ, 3 ਰਹਿ ਗਈਆਂ, ਬਾਕੀ ਕੱਟੀ ਵੀ ਉੱਥੋਂ ਲਈ ਆਪਾਂ, ਠੀਕ ਆ ਬਾਈ। ਗੇਸ ਫੂਸ ਕੱਦ ਬੈਡ ਚੰਗਾ, ਯਾਦ ਬਰੀਡ ਚੰਗਾ, ਮੋੜ ਲਿਆ ਬਾਈ। ਬਾਕੀ ਬਹੁਤ ਰੁਪਈਆਂ ਦੀ ਗਾਂ ਨੂੰ ਜਿਹਨੇ ਤਿਆਰ ਕਰਕੇ ਵੇਚਣੀ ਆ ਬੈੜ। ਦੇਖ ਲਓ, ਆਇਆ ਨਹੀਂ ਹੈਗਾ ਛੋਟੀ ਜੀ ਹੋਈ ਬੈੜ। ਸਹੀ ਗੱਲ ਆ। ਮੁੱਲ? ਹਾਂਜੀ ਮੁੱਲ ਕੀ ਆ ਬਾਈ ਇਹਦਾ? ਮੁੱਲ ਦਾ 45,000 ਰੁਪਇਆ ਰੱਖਾਂਗੇ ਵੀਰੇ, ਮਾਨਤਾਨ ਹੋ ਜੇ ਬਾਈ। ਬਾਕੀ ਮੌਕੇ ਤੇ ਮਾਨਤਾਨ ਕਰਾਂਗੇ। ਬਹੁਤ ਰੁਪਈਆਂ ਦੀ ਬੈੜ ਆ, 96,000 ਦੀ ਬੰਦੇ ਨੇ ਜਗਰਾਓ ਤੋਂ ਲਈ ਸੀ, ਠੀਕ ਆ। 45,000 ਰੁਪਇਆ ਮੁੱਲ ਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਬੈਡ ਵਾਕਈ ਚੰਗੀ ਆ, ਕੱਦ ਕਾਠ ਵਾਲੀ ਆ, ਪਿੱਠ ਬੜਾ ਚੰਗਾ, ਥਣ ਬਾਕੀ ਆਇਆ ਨਹੀਂ ਕੋਈ, ਆਪਦੀ ਤਸੱਲੀ ਫੁੱਲ ਕਰਾ ਕੇ ਆਪਦਾ ਡਾਕਟਰ ਲੈ ਜੀ ਵਾਲਾ ਥਣ, ਕੱਲਾ ਕੱਲਾ ਥਣ, ਚਾਰੇ ਵਿੱਥੀ ਦੇ ਪੂਰੇ ਗੁਲਾਬੀ ਥਣ ਆ ਪੂਰੇ। ਅੱਗੇ ਵੀਰੇ 2 ਨੰਬਰ, ਕਿਹੜਾ ਸੋ ਸਹੀ ਵੀ ਇਹ ਵੀਰੇ? ਤੀਜੇ ਸੂਏ ਸੂਏ, ਚੌਥੇ ਸੂਏ ਲਈ ਗੱਬਣ ਆ ਇਹ। ਕਿੰਨੇ ਟਾਈਮ ਦੀ? ਇਹ 8 ਮਹੀਨੇ ਦੀ ਗੱਬਣ ਆ, ਠੀਕ ਆ। ਦੁੱਧੋਂ ਡਰਾਈ? ਦੁੱਧੋਂ ਡਰਾਈ ਆ, ਠੀਕ ਆ। ਥਣ ਸਹੀ ਆ? ਥਣ ਜਮਾ ਸਹੀ ਆ, ਓਕੇ ਆ। ਆਪਦਾ ਕੋਈ ਤਸੱਲੀ ਕਰਾ ਕੇ ਲੈ ਜਾਵੇ ਆਪਦੇ ਸਾਡੇ ਘਰੋਂ, ਠੀਕ ਆ ਬਾਈ। ਸਾਡੀ ਤਸੱਲੀ ਆ, ਖੋਲ ਲੈ ਬਾਈ ਮਾੜੀ ਤੋਰ ਚੱਲ ਪਾ ਦੇ। ਹਾਂਜੀ ਕੱਦ ਬਿੱਡ ਰੰਗ ਰੂਪ ਚੰਗਾ ਬਾਈ, ਗੱਬਣ ਚੈੱਕ ਪਾਸ ਆ, ਆਪਦੀ ਤਸੱਲੀ ਬਾਈ ਜ਼ਰੂਰ ਕਰਵਾਇਓ। ਹਾਂਜੀ ਤੇ ਦੁੱਧ ਦਾ ਰਿਕਾਰਡ ਕੀ ਆ ਵੈਸੇ? ਦੁੱਧ ਉਹ ਇਹਦੇ ਥੱਲੇ ਕਹਿੰਦੇ ਸੀ, ਇਹਦੇ ਥੱਲੇ 20-22 ਕਿਲੋ ਚੋਇਆ ਵਾ। ਨਾ ਆਪਾਂ ਤਾਂ ਚੋਇਆ ਨਹੀਂ ਸਿੱਧੀ, ਜਿਵੇਂ ਦੱਸਦਾ ਗਾ ਆਪਾਂ ਤਾਂ ਨੋਰਮਲੀ 15-18 ਕਿਲੋ ਦੁੱਧ ਪਾ ਦੇਣਾ ਜੀ ਆਈਟੀ ਬੈਡ ਨੇ, ਠੀਕ ਆ ਬਾਈ। ਹਾਂਜੀ ਤੇ ਮੁੱਲ ਭਰਾ ਦਾ? ਮੁੱਲ ਇਹਦਾ 35,000 ਰੁਪਇਆ ਰੱਖਾਂਗੇ ਵੀਰੇ, ਮਾਨਤਾਨ ਹੋ ਜੀ, ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ। 35,000 ਰੁਪਇਆ ਮੁੱਲ ਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ। ਫੇਸ ਚੰਗਾ, ਰਾਜੀ ਰੂਜੀ ਚੰਗੀ ਆ, ਕੋਈ ਆਪਦਾ ਡਾਕਟਰ ਚੈੱਕ ਕਰਾ ਕੇ ਲੈ ਜੇ ਆਪਣੇ ਘਰੋਂ, ਠੀਕ ਆ। ਹਾਂਜੀ ਆਪਾਂ ਕਿਸੇ ਦੇ ਘਰੇ ਗਰੰਟੀ ਨੇ, ਓਕੇ ਬਾਈ। ਹਾਂਜੀ ਇਹਨੇ ਪੈਸੇ ਲਾਉਣੇ ਨਾ, ਠੀਕ ਹੈ ਵੀਰੇ। ਹਾਂਜੀ ਹਾਂਜੀ ਅੱਗੇ ਬਾਈ 3 ਨੰਬਰ ਬੈਡ, ਇਹ ਵੀਰੇ ਸਾਈਵਾਲ ਬੈਡ ਆ, ਠੀਕ ਆ। ਇਹ 3.5 ਮਹੀਨੇ ਗੱਬਣਾ, ਦੁੱਧੋ ਡਰਾਈ ਕੀਤੀ ਆ, ਠੰਡੀ ਸੀਲੀ ਬਹੁਤ ਆਣੇ, ਪਲੂਨ ਨੇ 11-12 ਕਿਲੋ ਖੁੱਲਾ ਦੁੱਧ ਦਿੱਤਾ, ਠੰਡੀ ਸੀ, ਮੰਝਾਂ ਵਾਲਾ ਫੈਟ ਆਉਂਦੀ ਹੈ ਵੀ, 7-8 ਫੈਟ ਆਉਂਦੀ ਹੈ ਦੀ ਬੈਡ ਬੈਡ ਦੀ। ਆਪਾਂ ਇੱਕੋ ਥਾਂ ਇੱਕੋ ਘਰੋਂ ਬੈਣਾ ਸਾਰੇ ਲੰਗਾਂ ਨਾਲ, ਠੀਕ ਆ। ਖੋਲ ਦੇ ਫਾਰਮ ਚੋਂ ਬੈਣਾ, ਕੱਦ ਬਿੱਡ ਚੰਗਾ, ਠੰਡੀ ਸੀਲ ਪੂਰੀ ਆ ਬਾਈ। ਬਾਕੀ 11-12 ਕਿਲੋ ਕਹਿੰਦੇ ਖੁੱਲਾ ਦੁੱਧ ਦਿੱਤਾ ਇਹਨੇ ਪਹਿਲੇ ਸੂਏ। ਹਾਂਜੀ ਠੀਕ ਆ। ਬਾਕੀ ਮੱਝਾਂ ਵਰਗਾ ਦੁੱਧ ਹੋ, ਫੈਂਡ ਚੰਗੀ ਹੋ, ਗਰਮੀ ਆ ਜਿਹੜੀ ਕਰਮ ਵਾਲੀ ਨੇ ਬਿਲਕੁਲ ਨੀ ਮੰਨਣੀ, ਜਿਹੜਾ ਮਰਜ਼ੀ ਬਹਿ ਜਾਏ ਆਪਾਂ ਦੇ 4 ਵਜੇ ਬਹਿ ਜਾ, ਇੰਨੀ ਠੰਡੀ ਆ, ਠੀਕ ਆ। ਹਾਂ ਜੇ ਜੀ ਮੱਝ ਰੱਖ ਲਈ ਉਹੋ ਜੀ ਗਾਂ, ਉਹੋ ਜੀ ਬੈਡ ਰੱਖ ਲਈ, ਠੀਕ ਆ। ਮੁੱਲ ਭਰਾ ਦਾ? ਮੁੱਲ ਇਹਦਾ 20,000 ਰੁਪਇਆ ਵੀਰੇ, ਮਾਨਤਾਨ ਹੋ ਜੂ, ਓਕੇ ਤੇ ਮਾਨਤਾਨ ਕਰ ਦਾਂਗੇ। ਦੇਖ ਲਓ ਇੰਨੀ ਠੰਡੀ ਆ, ਜਿੱਥੇ ਮਰਜ਼ੀ ਖੜਾ ਕੇ ਐ ਬਹਿ ਜੂ, ਲੈ ਐ ਲਾ ਹੂ, ਲੱਤ ਛੜ ਮਾਰ ਜੂ, ਇੰਨੀ ਠੰਡੀ ਸੀ ਸਾਈ ਵਾਲਾ।
ਪੂਰੀ ਠੰਡੀ ਸੀਲ ਆ, ਜਿੱਥੇ ਮਰਜੀ ਆਇਆ ਨੀ ਹੈਗਾ। ਲੈ ਮੋੜ ਲੈ ਬਾਈ, ਥਾਣਾ ਦੀ ਪਾਸ ਆਉ ਜਮਾ। ਓਕੇ ਵੀਰੇ, ਆਪਦੀ ਤਸੱਲੀ ਕਰਾ ਕੇ ਲੈ ਜੇ ਆਪਦੀ। ਠੀਕ ਆ ਬਾਈ, ਹਾਂਜੀ। ਮੁੱਲ 20,000 ਰੁਪਇਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਚੰਗੀ ਆ ਬੈਡ ਝੋਲੀ, ਦੁੱਧ ਵੀ 12-13 ਕੋਲ ਖੁੱਲਾ ਦੇ ਜਾਣਾ ਯਾਰ, ਦੇ ਦੂ ਇੰਨਾ ਕੁ ਤਾਂ ਬਾਈ। ਬਾਕੀ ਮੈਂ ਤੇ ਲਾਉਣੇ ਨਾ 70-75 ਜੇ ਜਿਹੜੇ ਬੰਦੇ ਲਾਉਣਾ, ਇਹ ਤੇ 20 ਲਾ ਦੇ। ਸਹੀ ਗੱਲ ਆ ਜੇ ਜੀ, ਮੈਂ ਲੈ ਲਈ ਉਹ ਜੀ ਗਾਂ। ਅੱਗੇ ਬਾਈ ਝੋਟੀ ਕਿਹੜੇ ਸੂਈ ਵੀ ਆ? ਇਹ ਵੀਰੇ ਪਲੂਨ ਸੂਈ ਵੀ ਆ। ਇਹ ਦੋ ਦੰਦ ਮੂੰਹੋਂ ਕੱਟੀ ਆ ਖੀਰੀ ਸੂਈ ਵੇ ਝੋਟੀ। ਠੀਕ ਆ, ਇਹ 6 ਤੋਂ ਉੱਤੇ ਹੀ ਗੱਭਣਾ ਵੀਰੇ। ਚੈੱਕ ਪਾਸ ਆ? ਚੈੱਕ ਪਾਸ ਆ। ਦੁੱਧ ਕਿੰਨਾ ਬਾਈ? ਦੁੱਧ 3 ਕਿਲੋ ਆ, ਡਰਾਈ ਮੰਨ ਕੇ ਲਵੇ ਹੁਣ ਤਾਂ। ਠੀਕ ਆ, ਬਾਕੀ ਡਰਾਈ ਮੰਨ ਕੇ ਬਾਈ ਕਹਿੰਦਾ ਝੋਟੀ ਲੈ ਜਾਓ, ਗੱਭਣਾ ਚੈੱਕ ਪਾਸ ਆ ਗਈ। ਕੋਈ ਕਰਾ ਕੇ ਲੈ ਜੇ ਤਸੱਲੀ। ਮੁੱਲ ਭਰਾ ਮੁੱਲ ਦਾ 65,000 ਰੁਪਇਆ ਵੀਰੇ, ਮਾਨਤਾਨ ਹੋ ਜਾ। ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ। 65,000 ਰੁਪਇਆ ਮੁੱਲ ਆ ਮਾਨਤਾਨ ਜਿਹੜਾ। ਬਾਕੀ ਕੱਟੀ ਬਹੁਤ ਰੁਪਈਆਂ ਦੀ ਵੀਰੇ, ਤੇ ਜਿਹੜੇ ਬੰਦੇ ਨੇ ਪਾੜ ਲਈ ਬਸ ਇੱਕ ਹੀ ਬਹੁਤ ਆ। ਸਹੀ ਗੱਲ ਆ ਬਾਈ, ਕਿਉਂ ਆਪਾਂ ਹੁਣ ਖੋਲਿਆ ਤੇ ਮੈਂ ਨਾ 70-70 ਲਾਈ ਜਾਂਦੇ ਆ। ਠੀਕ ਆ, ਇੱਕ ਹੀ ਬਹੁਤ ਆ। ਥਣ ਵੀ ਚੰਗਾ ਹਨਾ? ਹਾਂਜੀ ਹਾਂਜੀ, ਥਣ ਲਈ ਵੀ ਬਹੁਤ ਸਾਫ ਆ, ਨਹੀਂ ਹੈਗਾ ਕੋਈ ਫੋੜ ਸ਼ਾਂਕ ਵੀ ਨਹੀਂ ਲਦੇ। ਖ ਲੋ ਲੈ ਐਂ ਕਹਿ ਦੂਗਾ। ਬਾਕੀ ਠੰਡੀ ਜ਼ਿਲੇ ਬਹੁਤ ਆ ਝੋਟੀ ਲੈ, ਸਾਰੇ ਪਸ਼ੂ ਆਪਣੇ। ਸਹੀ ਗੱਲ, ਇਹ ਨਹੀਂ ਹੈਗਾ ਕੱਲੀ ਝੂਟਾ ਦੇ ਨਾਲ ਤੋਕੜ ਪਸ਼ੂ ਕੋਈ ਬਹਿਣ ਨਹੀਂ ਦਿੰਦਾ ਥੱਲੇ। ਅੱਗੇ ਬਈ ਕੱਟੀ ਬਾਰੇ ਕਿੰਨੀ ਕੁ ਉਮਰ ਹੈ ਜੀ? ਇਹ ਵੀਰੇ 11-12 ਮਹੀਨਿਆਂ ਦੀ ਹਾਲੇ ਕੱਟੀ। ਠੀਕ ਆ, ਇਹ ਵੀ ਫਾਰਮ ਚੋਂ ਹੀ ਲਈ ਆਪਾਂ। ਹਾਂ, ਇੱਕੋ ਥਾਂ ਹੀ ਲਈ ਹੈ। ਕਿਹੜੇ ਖਾਈਏ? ਮਾਂ ਦਾ ਦੁੱਧ ਕਿੰਨਾ ਸੀ? ਮਾਂ ਥੱਲੇ ਵੀਰੇ ਹਲੇ ਵੀ ਦੁੱਧ ਹੈਗਾ, ਉਹ ਕਹਿੰਦੇ ਉਹਨਾਂ ਦਾ ਹੋਊਗੀ 6 ਮਹੀਨੇ ਦੀ, ਪਰ ਝੋਟੀ ਖੜੀ ਉਹਨਾਂ ਇਹਦੀ ਪਲੂਣ ਹੀ ਸੂਈ ਵੀ ਉਹ। ਠੀਕ ਆ, ਉਹਦੇ ਥੱਲੇ ਹੈਗਾ 9 ਕਿਲੋ ਵੀਰੇ ਹੁਣ ਦੁੱਧ। ਤੇ ਕਿਹੜੇ ਡੀਗੀ ਦੀ ਆ? ਆਏ ਦਾ ਪਤਾ ਨਹੀਂ, ਉਹ ਚੰਗੇ ਦੀ ਲੱਗਦੀ ਵੀਰੇ, ਸੋਹਣੀ ਸੁਨੱਖੀ ਆ। ਸਹੀ ਗੱਲ, ਕੱਦ ਕਾਠ ਬਹੁਤ ਆ ਕੱਟੀ ਦਾ, ਨਾਲੇ 4 ਥਾਣਾ, ਕੋਈ 5ਵਾਂ ਥਾਣ ਬਣੀ ਰਹੇ। ਠੀਕ ਆ, ਛਾਂਗ ਵੀ ਨਹੀਂ ਕੋਈ। ਮੁੱਲ ਭਰਾ ਮੁੱਲ ਮੁੱਲੇ ਦਾ 10,000 ਰੁਪਇਆ ਵੀਰੇ, ਮਾਨਤਾਨ ਹੋ ਜੂ। ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ। 10,000 ਜਿਹੜੇ ਨੇ ਕੱਟੀ ਪਾਲਣੀ ਆ ਮਾਨਤਾਨ ਜਿਹੜਾ ਜ਼ਰੂਰ ਹੋ ਜੂਗਾ। ਕੱਟੀ ਚੰਗੀ ਆ ਬਾਈ, ਬਾਕੀ ਮੂੰਹ ਮੱਥੇ ਦੇਖ ਲੈ। ਹਾਂ, ਇੰਨੀ ਠੰਡੀ ਸੀ ਲਈ ਆ ਦਿਲ। ਸਹੀ ਗੱਲ, ਐ ਨਹੀਂ ਹੈਗਾ। ਨਗ ਭਰਾ ਕੋਲੇ ਸੀਗੇ 5-25 ਦਿਖਾਤੇ, ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ। ਹਾਂ, ਵੀਡੀਓ ਨੂੰ ਵੇਖਣ ਲਈ। ਬਾਕੀ ਆਪਦਾ ਡਾਕਟਰ ਲਿਆਵੇ ਵੀਰੇ, ਜਿਹੜਾ ਖਰਚਾ ਆਊਗਾ ਆਪਾਂ ਦੇਵਾਂਗੇ ਡਾਕਟਰ ਦਾ। ਬਹੁਤ ਠੀਕ, ਮੇਰੇ ਘਰੋਂ ਤਸੱਲੀ ਕਰਾ ਕੇ ਲੈ ਜੇ, ਆਪਾਂ ਕਿਸੇ ਦੇ ਘਰ ਦੀ ਕੋਈ ਗਰੰਟੀ ਨਹੀਂ। ਸਿੱਧੀ ਜੀ ਗੱਲ।